ਸਾਤਰੀਆ ਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਬਰਨ ਕੌਰ ਮਾਨ ਖਬਰਾਂ ਦੇ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬਲਟਨ ਦੇ ਸਪான்ਸਰ ਰੀਮਿਕਸ ਦੇ ਰੀਅਲਟਰ ਗੁਰਜਤੇਂਦਰ ਸਿੰਘ ਰੰਧਾਵਾ ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ ਇਹਨਾਂ ਦੇ ਫੋਨ ਨੰਬਰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਤੇ ਪਹਿਲਾਂ ਚੁਣਵੀਆਂ ਖਬਰਾਂ ਕੈਨੇਡਾ ਚ ਖਤਮ ਹੋਇਆ ਪਾਸਪੋਰਟ ਅਰਜ਼ੀਆਂ ਦਾ ਬੈਕਲੌਗ ਅਮਰੀਕਾ ਭੇਜਣ ਦੇ ਨਾਮ ਤੇ ਨੌਜਵਾਨਾਂ ਨੂੰ ਸਿੰਗਾਪੁਰ ਤੇ ਇੰਡੋਨੇਸ਼ੀਆ ਚ ਅਗਵਾ ਕਰਕੇ ਫਰौती ਮੰਗਣ ਵਾਲਾ گرو ਕਾਬੂ ਅਮਰੀਕਾ ਚ ਸੁਰੱਖਿਤ ਨਹੀਂ ਭਾਰਤੀ ਤਿੰਨ ਨਕਾਬ ਪੋਸ਼ਾ ਨੇ ਭਾਰਤੀ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ ਪਤਨੀ ਤੇ ਧੀ ਜ਼ਖਮੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ 2 ਸਾਲ ਬਾਅਦ ਹੋਵੇਗੀ ਫੇਸਬੁੱਕ ਇੰਸਟਾਗ੍ਰam ਤੇ ਐਂਟਰੀ ਮੈਟਾ ਨੇ ਦਿੱਤੀ ਚੇਤਾਵਨੀ ਅਮਰੀਕਾ 'ਚ ਗੋਲੀਬਾਰੀ ਦੀਆਂ ਦੋ ਘਟਨਾਵਾਂ 'ਚ ਸੱਤ ਮੌਤਾਂ ਕੈਨੇਡਾ ਵਿੱਚ ਭਾਰਤੀ ਮੂਲ ਦੀ ਮਨਜੀਤ ਮਨਹਾਸ ਨੂੰ ਵੱਡਾ ਸਨਮਾਨ ਆਨਰੇਰੀ ਲੈਫਟੇਨੈਂਟ ਕਰਨਲ ਵਜੋਂ ਹੋਈ ਨਿਯੁਕਤੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਪਾਸਪੋਰਟ ਅਰਜ਼ੀਆਂ ਦਾ ਵੱਡਾ ਬੈਕਲੌਗ ਖਤਮ ਹੋਣ ਦਾ ਦਾਵਾ ਕਰਦਿਆਂ ਕੈਨੇਡਾ ਸਰਕਾਰ ਨੇ ਕਿਹਾ ਕਿ ਸਰਵਿਸ ਕੈਨੇਡਾ ਦੇ ਕੋਲ ਲਟਕ ਰਹੀਆਂ 98 ਫੀਸਦੀ ਅਰਜ਼ੀਆਂ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਕੁਝ ਲੋਕ ਜੋ ਹੁਣ ਵੀ ਉਡੀਕ ਕਰ ਰਹੇ ਨੇ ਉਨ੍ਹਾਂ ਦੇ ਆਪੋ ਆਪਣੇ ਮਸਲੇ ਹੋ ਸਕਦੇ ਨੇ ਹੈਮਿਲਟਨ ਵਿਖੇ ਕੈਬਨਿਟ ਮੰਤਰੀਆਂ ਦੀ ਬੈਠਕ ਦੇ ਦੌਰਾਨ ਸਮਾਜਿਕ ਵਿਕਾਸ ਮੰਤਰੀ ਕਰੀਨਾ ਗੁਲਡਨੇਕ ਹੈ ਕੈਨੇਡਾ ਵਾਸੀ ਹੁਣ ਯਕੀਨ ਕਰ ਸਕਦੇ ਨੇ ਕਿ ਉਹਨਾਂ ਨੂੰ ਸਮੇਂ ਤੇ ਪਾਸਪੋਰਟ ਮਿਲ ਜਾਏਗਾ ਬਸ਼ਰਤੇ ਅਰਜ਼ੀ ਵਿੱਚ ਕੋਈ ਤਰੂਟੀ ਨਾ ਹੋਵੇ ਵਿਦੇਸ਼ ਭੇਜਣ ਦਾ ਚਾਂੰਤਾ ਦੇ ਕੇ ਨੌਜਵਾਨਾਂ ਨੂੰ ਅਗਵਾ ਕਰਕੇ ਫਰौती ਮੰਗਣ ਵਾਲੇ ਮਨੁੱਖੀ ਤਸਕਰੀ ਗੈਂਗ ਦੇ 5 ਮੈਂਬਰਾਂ ਨੂੰ ਮਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਐਸਐਸਪੀ ਮਹਾਲੀ ਡਾਕਟਰ ਸੰਦੀਪ ਗਰਗਨੇ ਦੱਸਿਆ ਕਿ ਮਹਾਲੀ ਦੇ ਖਾਰੜ ਅਤੇ ਬਲੋਂਗੀ ਵਿੱਚ ਦੋ ਮਾਮਲੇ ਦਰਜ ਕੀਤੇ ਗਏ ਸੀ ਪੁਲਿਸ ਜਾਂਚ ਵਿੱਚ ਪਤਾ ਚੱਲਿਆ ਕਿ ਪੰਜਾਬ ਚ ਇਸ ਗੈਂਗ ਦੇ ਕਈ ਮੈਂਬਰ ਅਲੱਗ-ਅਲੱਗ ਜਗ੍ਹਾ ਤੇ ਫੈਲੇ ਹੋਏ ਨੇ ਜੋ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਇੰਡੋਨੇਸ਼ੀਆ ਤੇ ਸਿੰਗਾਪੁਰ ਭੇਜਦੇ ਸੀ ਨੌਜਵਾਨਾਂ ਨੂੰ ਉੱਥੇ ਅਗਵਾ ਕਰਕੇ ਉਹਨਾਂ ਦੇ ਘਰ ਵਾਲਿਆਂ ਤੋਂ ਲੱਖਾਂ ਰੁਪਏ ਦੀ ਫਰौती ਮੰਗਦੇ ਸੀ ਇਸ ਕੇਸ ਦੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇੰਡੋਨੇਸ਼ੀਆ ਵਿੱਚ ਬੈਠੇ ਸਨੀ ਕੁਮਾਰ ਉਰਫ ਸੋਨੀ ਅਤੇ ਸਿੰਗਾਪੁਰ ਵਿੱਚ ਬੈਠੇ ਜਸਵੀਰ ਸਿੰਘ ਉਰਫ ਸੰਜੇ ਨੂੰ ਮੁੱਖ ਮੁੱਲਦਮ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ। ਇਸ ਗੈਂਗ ਦੇ કુલ 12 ਮੈਂਬਰ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਘਰਵਾਲਿਆਂ ਤੋਂ ਫਰੋਤੀ ਦੀ ਰਕਮ ਵਸਤੂਲਣ ਦਾ ਕੰਮ ਕਰਦੇ ਸੀ। ਇਹਨਾਂ ਵਿੱਚੋਂ ਜਲੰਧਰ ਦੀ ਬਲਜੀਤ ਕੌਰ, ਗੁਰਜੀਤ ਸਿੰਘ ਉਰਫ ਮੰਗਾ, ਹੁਸ਼ਿਆਰਪੁਰ ਦੇ ਸਾਹਿਲ ਸੋਮ, ਰਾਜ ਅਤੇ ਵੀਨਾ ਨੂੰ ਗ੍ਰਿਫਤਾਰ ਕੀਤਾ ਗਿਆ। ਜਦੋਂ ਕਿ ਸੋਨੀਆ, ਅਭਿਸ਼ੇਕ, ਮਲਕੀਤ, ਟੋਨੀ, ਭਪਿੰਦਰ, ਸੰਦੀਪ ਆਰਤਿਆ ਤੇ ਸੁਮਨਦੀ ਪੁਲਿਸ ਨੂੰ ਅਜੀਬੀ ਪਾਲ ਹੈ ਅਮਰੀਕਾ ਦੇ ਜਾਰਜੀਆ ਵਿੱਚ ਇੱਕ ਭਾਰਤੀ ਅਮਰੀਕੀ ਨਾਗਰਿਕ ਦਾ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦੋਂ ਕਿ ਗੋਲੀਬਾਰੀ ਦੇ ਵਿੱਚ ਉਹਨਾਂ ਦੀ ਪਤਨੀ ਅਤੇ ਧੀ ਜ਼ਖਮੀ ਹੋ ਗਏ ਨੇ ਪੁਲਿਸ ਨੇ ਕਿਹਾ ਹੈ ਕਿ ਇੱਕ ਹਫਤੇ ਦੇ ਅੰਦਰ ਅਮਰੀਕਾ ਵਿੱਚ ਭਾਰਤੀਆਂ ਨਾਲ ਜੁੜੀ ਅਜਿਹੀ ਦੂਜੀ ਘਟਨਾ ਹੈ ਇਹ ਘਟਨਾ 20 ਜਨਵਰੀ ਨੂੰ ਜਾਰਜੀਆ ਦੇ ਹਾਟਲੇ ਬ੍ਰਿਜ ਰੋਡ ਨੇੜੇ ਥਰੋ ਬ੍ਰੇਡ ਲੇਨ ਤੇ ਵਾਪਰੀ ਸੀ ਕਾਉਂਟੀ ਸ਼ਾਰਫ ਦੇ ਦਫ਼ਤਰ ਨੇ ਸੋਮਵਾਰ ਨੂੰ ਇੱਕ ਬਿਆਨ ਚਕਿਆ ਕਿ ਪਨਾਲ ਪਟੇਲ ਅਤੇ ਉਹਨਾਂ ਦਾ ਪਰਿਵਾਰ ਜਦੋਂ ਕੰਮ ਤੋਂ ਘਰ ਪਹੁੰਚਦੇ ਤਾਂ ਇਸ ਦੌਰਾਨ ਉਹਨਾਂ ਦਾ ਸਾਹਮਣਾ ਤਿੰਨ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨਾਲ ਹੋਇਆ ਪਟੇਲ ਨੇ ਤਿੰਨਾਂ ਦਾ ਵਿਰੋਧ ਕੀਤਾ ਤਾਂ ਨਕਾਬਪੋਸ਼ ਨੇ ਪਰਿਵਾਰ ਤੇ ਗੋਲੀਆਂ ਚਲਾ ਦਿੱਤੀਆਂ ਬਿਆਨ ਚ ਕਿਹਾ ਗਿਆ ਹੈ ਕਿ ਘਟਨਾ ਚ ਪਨਾਲ ਉਹਨਾਂ ਦੀ ਪਤਨੀ ਰੂਪਲ ਬੇਨ ਪਟੇਲ ਅਤੇ ਧੀ ਭਗਤੀ ਪਟੇਲ ਜ਼ਖਮੀ ਹੋ ਗਏ ਤੇਨਾਂ ਨੂੰ ਹਸਪੀਟਲ ਲਜਾਇਆ ਗਿਆ ਜਿੱਥੇ ਪਨਾਲ ਨੂੰ ਮਰਤਕ ਅਲਾਨ ਦਿੱਤਾ ਗਿਆ ਰੂਪਲ ਬੇਨ ਅਤੇ ਉਹਨਾਂ ਦੀ ਧੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਹਮਲਾਵਾਰ ਬਾਹਰ ਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਦੱਸਦੀ ਕਿ ਅਮਰੀਕਾ ਚ ਭਾਰਤੀਆਂ ਤੇ ਹਮਲਿਆਂ ਚ ਵਾਤਾ ਹੋਇਆ ਸ਼ਿਕਾਗੋ ਵਿੱਚ ਐਤਵਾਰ ਨੂੰ ਇੱਕ ਹਥਿਆਰਬੰਦ ਡਕੈਤੀ ਦੇ ਦੌਰਾਨ ਗੋਲੀ ਲੱਗਣ ਕਾਰਨ ਇੱਕ 23 ਸਾਲਾ ਭਾਰਤੀ ਵਿਦਿਆਰਥੀ ਦੇਵ ਸ਼ੀਸ਼ ਨੰਦੇਪੂ ਦੀ ਮੌਤ ਹੋ ਗਈ ਸੀ ਜਦੋਂ ਕਿ ਉਸ ਦਾ ਦੋਸਤ ਕੇਸਾਈ ਚਰਨ ਜ਼ਖਮੀ ਹੋ ਗਿਆ ਸੀ ਅਤੇ ਉਹ ਹਸਪਤਾਲ ਚ ਅਜੇ ਵੀ ਇਲਾਜ ਅਧੀਨ ਹੈ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ ਅਤੇ ਇੰਸਟਾਗ੍ਰam ਦੀ ਮੂਲ ਕੰਪਨੀ ਮੈਟਾ ਨੇ ਬੁੱਧਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤਿਆਂ ਨੂੰ 2 ਸਾਲਾਂ ਦੀ ਮੁਅਤਲੀ ਤੋਂ ਬਾਅਦ ਮੁੜ ਬਹਾਲ ਕਰ ਦਿੱਤਾ। ਅਮਰੀਕੀ ਸੰਸਦ ਕੰਪਲੈਕਸ ਤੇ 6 ਜਨਵਰੀ 2021 ਨੂੰ ਹੋਏ ਹਮਲੇ ਤੋਂ ਬਾਅਦ ਫੇਸਬੁਕ ਨੇ 7 ਜਨਵਰੀ 2021 ਨੂੰ ਟਰੰਪ ਦੇ ਖਾਤੇ ਨੂੰ ਮੁਅਤਲ ਕਰ ਦਿੱਤਾ ਸੀ। ਕੰਪਨੀ ਨੇ ਬੁੱਧਵਾਰ ਨੂੰ ਇੱਕ ਬਿਆਨ ਚੁੱਕਿਆ ਹੈ ਕਿ ਉਹ ਯਕੀਨ ਕਰਨ ਦੇ ਲਈ ਨਵੇਂ ਨਿਯਮ ਜੋੜ ਰਹੀ ਹੈ। ਕਿਸੇ ਵੱਲੋਂ ਵੀ ਨਿਯਮ ਦੀ ਦੁਬਾਰਾ ਉਲੰਘਣਾ ਨਾ ਕੀਤੀ ਜਾਵੇ ਬੈਟਾਨਿਕ ਬਿਆਨ ਚ ਕਿ ਜੇਕਰ ਟਰੰਪ ਆਪਣੀ ਪੋਸਟ ਰਾਹੀਂ ਉਲੰਘਣਾ ਨੂੰ ਦਰਉਂਦੇ ਨੇ ਤਾਂ ਉਸ ਉਲੰਘਣਾ ਦੀ ਗੰਭੀਰਤਾ ਦੇ ਆਧਾਰ ਤੇ ਉਹਨਾਂ ਦਾ ਖਾਤਾ 1 ਮਹੀਨੇ ਤੋਂ 2 ਸਾਲ ਦੇ ਸਮੇਂ ਦੇ ਲਈ ਮੁਅਤਲ ਕੀਤਾ ਜਾ ਸਕਦਾ ਹੈ ਟਰੰਪ ਦੇ ਬੁਲਾਰੇ ਦੇ ਨਾਲ ਇਸ ਸੰਬੰਧੀ ਜਾਣਨ ਦੇ ਲਈ ਸੰਪਰਕ ਕੀਤਾ ਗਿਆ ਪਰੂਨਾ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਵੀ ਉਹਨਾਂ ਦਾ ਖਾਤਾ ਪਲੇਟਫਾਰਮ ਤੋਂ ਹਟਾ ਦਿੱਤਾ ਪਰ ਹਾਲ ਹੀ ਵਿੱਚ ਐਲਨ ਮਸਕ ਦੇ ਵੱਲੋਂ ਕੰਪਨੀ ਦੀ ਬਾਗਡੋਰ ਸੰਭਾਲਣ ਤੋਂ ਬਾਅਦ ਉਹਨਾਂ ਦੇ ਖਾਤੇ ਨੂੰ ਬਹਾਲ ਕਰ ਦਿੱਤਾ ਗਿਆ ਮੁਖਤਾਰਾ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪਾਬੰਦੀ ਲੱਗਣ ਤੋਂ ਬਾਅਦ ਟਰੰਪ ਆਪਣੀ ਖੁਦ ਦੀ ਸਾਈਟ ਤਰੁੱਥ ਸੋਸ਼ਲ ਰਾਹੀ ਆਪਣੀ ਗੱਲ ਰੱਖ ਰਹੇ ਨੇ ਟਵਿੱਟਰ ਤੇ ਉਹਨਾਂ ਦਾ ਖਾਤਾ ਬਲੌਕ ਹੋਣ ਤੋਂ ਬਾਅਦ ਉਹਨਾਂ ਨੇ ਇਸ ਨੂੰ ਜਾਰੀ ਕੀਤਾ ਸੀ ਜ਼ਿਕਰਯੋਗ ਹੈ ਕਿ ਟਰੰਪ ਨੇ 3 ਨਵੰਬਰ 2020 ਨੂੰ ਰਾਸ਼ਟਰਪਤੀ ਚੋਣਾਂ 'ਚ ਹਾਰ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਚੋਣਾਂ 'ਚ ਧੋਖਾਧੜੀ ਦੇ ਦੋਸ਼ ਲਗਾਏ ਸਨ 트럼ਪ ਦੇ ਇਨ੍ਹਾਂ ਦੋਸ਼ਾਂ ਵਿਚਾਲੇ ਉਹਨਾਂ ਦੇ ਕਥਿਤ ਸਮਰਥਕਾਂ ਨੇ 6 ਜਨਵਰੀ ਨੂੰ ਸੰਸਦ ਭਵਨ ਕੰਪਲੈਕਸ 'ਚ ਹਿੰਸਾ ਕੀਤੀ ਸੀ ਅਮਰੀਕਾ ਦੇ ਸਾਨ ਫਰਾਂਸਿਸਕੋ ਦੇ ਦੱਖਣ ਚ ਸਥਿਤ ਇੱਕ ਤੱਟਵਰਤੀ ਸ਼ਹਿਰ ਚ ਇੱਕ ਮਸ਼ਹੂਰ ਫਾਰਮ ਅਤੇ ਇੱਕ ਟਰੱਕਿੰਗ ਫਾਰਮ ਚ ਦੋ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਜਦੋਂ ਕਿ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸਾਨ ਮੈਂਟਨੀਓ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਪ੍ਰਧਾਨ ਡੇ ਪਾਈਦਾ ਕਹਿਣਾ ਕਿ ਸਾਨ ਫਰਾਂਸਿਸਕੋ ਤੋਂ ਲਗਭਗ 30 ਮੀਲ ਦੱਖਣ ਦੇ ਵਿੱਚ ਸਥਿਤ ਸ਼ਹਿਰ ਹਾਫ ਮੂਨ ਬੇ ਦੇ ਬਾਹਰ-ਬਾਰ ਮਸ਼ਰੂਮ ਫਾਰਮ ਦੇ ਵਿੱਚ 4 ਅਤੇ ਟਰੱਕਿੰਗ ਕਾਰੋਬਾਰ ਚ 3 ਲੋਕ ਗੋਲੀਬਾਰੀ ਦੌਰਾਨ ਮਾਰੇ ਗਏ ਪਾਇਨੇ ਕੇ ਹੈ ਕਿ ਪੁਲਿਸ ਨੇ ਗੋਲੀਬਾਰੀ ਦੇ ਸੰਬੰਧ ਵਿੱਚ 67 ਸਾਲਾਂ ਚੁਨੀਲ ਚਾਉ ਨੂੰ ਗ੍ਰਿਫਤਾਰ ਵੀ ਕੀਤਾ ਸੀ ਇਹ ਗੋਲੀਬਾਰੀ ਇਸ ਸਾਲ ਦੇਸ਼ ਦੀ ਛੇਵੀਂ ਸਮੂਹਿਕ ਗੋਲੀਬਾਰੀ ਦੀ ਘਟਨਾ ਹੋਈ ਹੈ ਜਦ ਕਿਸਨਿਚਰਵਾਰ ਨੂੰ ਕੈਲੀਫੋਰਨੀਆ ਚ ਇੱਕ ਬਾਲਰੂਮ ਡਾਂਸ ਹਾਲ ਚ 11 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਭਾਰਤੀ ਮੂਲ ਦੀ ਕੈਨੇਡਾ ਦੀ ਨਾਮੀ ਐਂਟਰਪ੍ਰਨਰ ਅਤੇ ਸਫਲ ਉਦਯੋਗਪਤੀ ਅਤੇ ਟੀਵੀ ਸਖਸ਼ੀਤ ਮਨਜੀਤ ਬਨਹਾਸ ਨੂੰ ਵੱਡਾ ਸਦਮਾਨ ਮਿਲਿਆ ਉਹਨਾਂ ਨੂੰ ਕੈਨੇਡੀਅਨ ਆਰਮਡ ਫੋਰਸੇਸ ਅਤੇ ਕੁਇਨਜ਼ ਆਨ Rifles of Canada ਦੇ Onreary Lieutenant Colonel Wajun ਨਿਯੁਕਤ ਕੀਤਾ ਗਿਆ ਹੈ। ਬੰਜੀਤ ਮਿੰਹਾਸ ਨੇ ਖੁਦ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸਮੇਤ ਸਾਂਝੀ ਕੀਤੀ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੈਨੇਡੀਅਨ ਆਰਮਡ ਫੋਰਸੇਜ਼ ਅਤੇ ਕੁਇਨਜ਼ ਆਨ ਰਾਈਫਲਜ਼ ਆਫ ਕੈਨੇਡਾ ਦੇ ਲਈ ਨਵੇਂ Onreary Lieutenant Colonel Wajun ਨਿਯੁਕਤ ਕੀਤੇ ਜਾਣ ਤੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ। ਉਹਨਾਂ ਨੂੰ ਕੈਨੇਡਾ ਦੀ ਰੱਖਿਆ ਮੰਤਰੀ ਨੀਤਾ ਆਨੰਦ ਨੇ ਵੀ ਵਧਾਈ ਦਿੱਤੀ ਹੈ। ਨੀਤਾ ਆਨੰਦ ਨੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਕਿਹਾ ਕੀ ਕੁਇਨਜ਼ ਆਨ ਰਾਈਫਲਸ ਦੇਖਤੀ ਸਭ ਤੋਂ ਪੁਰਾਣੀ ਸੇਵਾ ਨੀ ਬੌਂਦੀ ਕੈਨੇਡਾ ਦੀ ਇਨਫੈਂਟਰੀ ਰੈਜੀਮੈਂਟ ਹੈ ਅਤੇ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਭਾਰਤੀ ਮੂਲ ਦੀ ਮਨਜੀਤ ਮਨਹਾਸ ਆਨਰੇਰੀ ਲੈਫਟੇਨੈਂਟ ਕਰਨਲ ਬਣ ਕੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਰਹੂਮ ਪਤਨੀ ਇਵਾਨਾ ਟਰੰਪ ਦੀ ਵਸੀਅਤ ਸਾਹਮਣੇ ਆ ਗਈ ਹੈ ਉਹਨਾਂ ਦੀ ਕੁੱਲ ਜਾਇਦਾਦ 3.4 ਕਰੋੜ ਡਾਲਰ ਦੀ ਆਪਣੀ ਵਸੀਅਤ ਵਿੱਚ ਉਹਨਾਂ ਨੇ ਜਾਇਦਾਦ ਨੂੰ ਆਪਣੇ ਤਿੰਨ ਬੱਚਿਆਂ ਦੇ ਵਿੱਚ ਬਰਾਬਰ ਵੰਡ ਦਿੱਤਾ। ਇਵਾਨਾ ਨੇ ਜਾਇਦਾਦ ਦਾ ਵੱਡਾ ਹਿੱਸਾ ਆਪਣੇ ਬੱਚਿਆਂ ਦੇ ਨਾਲ-ਨਾਲ ਵਿਵਸਟਰ ਅਤੇ ਪਾਲਤੂ ਕੁੱਤੇ ਦੇ ਨਾਮ ਕਰ ਦਿੱਤਾ। ਵਸੀਅਤ ਬਣਾਉਂਦੇ ਸਮੇਂ ਇਵਾਨਾ ਨੇ ਕਿਹਾ ਸੀਗਾ ਕਿ ਮੈਂ ਆਪਣੀ ਵਿਰਾਸਤ ਦਾ ਇੱਕ ਹਿੱਸਾ ਆਪਣੇ ਪਾਲਤੂ ਜਾਨਵਰ ਟਾਈਗਰ ਟਰੰਪ ਅਤੇ ਉਹਨਾਂ ਸਾਰੇ ਜਾਨਵਰਾਂ ਨੂੰ ਦੇ ਰਹੀਆਂ ਜੋ ਮੇਰੀ ਮੌਤ ਦੇ ਸਮੇਂ ਮੇਰੇ ਕੋਲ ਹੋਣਗੇ ਇਸ ਤੋਂ ਇਲਾਵਾ ਮੈਂ ਆਪਣੀ ਸਹਾਇਕਾ ਤੇ ਵਿਜ਼ਟਰ ਸੁਜ਼ਾਨ ਡੌਰਥੀ ਕਰੀ ਨੂੰ ਵੀ ਮਿਆਮੀ ਵਿਚ ਨੇੜੇ ਇੱਕ ਅਪਾਰਟਮੈਂਟ ਦੇ ਰਹੀਆਂ ਉਹਨਾਂ ਨੇ ਪਤੀ ਡੋਨਾਲਡ ਟਰੰਪ ਲਈ ਕੁਝ ਵੀ ਨਹੀਂ ਛੱਡਿਆ ਦਰਅਸਲ 73 ਸਾਲਾ ਇਵਾਨਾ ਦੀ ਪਿਛਲੇ ਸਾਲ ਜੁਲਾਈ ਵਿੱਚ ਮਾਨਹਟਨ ਦੇ ਘਰ ਦੀਆਂ ਪੌੜੀਆਂ ਤੋਂ ਡਿੱਗ ਕੇ ਮੌਤ ਹੋ ਗਈ ਸੀ ਇਵਾਨਾ ਵੱਲੋਂ ਸਹਾਇਕਾ ਸੁਜ਼ਾਨਾ ਨੂੰ ਦਿੱਤੇ ਗਏ ਅਪਾਰਟਮੈਂਟ ਦੀ ਕੀਮਤ ਕਰੀਬ 9 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਇੱਕ ਬਾਥਰੂਮ ਬਾਥਰੂਮ ਅਤੇ ਰਸੋਈ ਸ਼ਾਮਲ ਹੈ ਇਹ ਫਲੈਟ 1000 ਵਰਗ ਫੁੱਟ ਦਾ ਹੈ ਇਹ 2001 ਦੇ ਵਿੱਚ ਬਣਾਇਆ ਗਿਆ ਸੀ ਇਵਾਨਾ ਨੇ ਇਸ ਨੂੰ 2009 ਵਿੱਚ ਕੁੱਲ 5.25 ਕਰੋੜ ਰੁਪਏ ਵਿੱਚ ਖਰੀਦਿਆ ਸੀ 2017 ਦੇ ਵਿੱਚ ਇਵਾਨਾ ਨੇ ਆਪਣੀ ਕਿਤਾਬ ਰਾਈジング 트੍ਰੰਪ ਵਿੱਚ ਸੁਜਾਨਾ ਬਾਰੇ ਲਿਖਿਆ ਜਦੋਂ ਇਵਾਨਾ ਨੇ ਬੱਚੇ ਵੱਡੇ ਹੋਏ ਤਾਂ ਉਸਨੇ ਸੁਜਾਨ ਨੂੰ ਆਪਣੀ ਸਹਾਇਕ ਬਣਾ ਲਿਆ ਅਮਰੀਕਾ ਵਿੱਚ ਰਾਸ਼ਟਰਪਤੀ ਜੋ ਵਾਈਡਨ ਦੇ ਪ੍ਰਸ਼ਾਸਨ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਪਾਕਿਸਤਾਨ ਦੇ ਬਿਜਲੀ ਸੰਕਟ ਨੂੰ ਖਤਮ ਕਰਨ 'ਚ ਮਦਦ ਕਰਨ ਦੇ ਲਈ ਤਿਆਰ ਹੈ ਮਹੱਤਵਪੂਰਨ ਤੌਰ ਤੇ ਪਾਕਿਸਤਾਨ ਨੂੰ ਸੋਮਵਾਰ ਨੂੰ ਰਾਸ਼ਟਰੀ ਗ੍ਰਿਡ ਦੇ ਵਿੱਚ ਨੁਕਸਾਨ ਕਾਰਨ ਬਿਜਲੀ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਰਾਜਧਾਨੀ ਇਸਲਾਮਾਬਾਦ ਅਤੇ ਵਿੱਤੀ ਹੱਬ ਕਰਾਚੀ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਲੱਖਾਂ ਲੋਕਾਂ ਨੂੰ ਹਨੇਰੇ ਵਿੱਚ ਰਹਿਣ ਦੇ ਲਈ ਮਜਬੂਰ ਹੋਣਾ ਪਿਆ ਊਰਜਾ ਮੰਤਰੀ ਲਾਲਾ ਮੁਤਾਬਕ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7:34 'ਤੇ ਰਾਸ਼ਟਰੀ ਗ੍ਰਿਡ 'ਚ ਨੁਕਸ ਪੈ ਗਿਆ ਜਿਸ ਕਾਰਨ ਬਿਜਲੀ ਬੰਦ ਹੋ ਗਈ ਕਰੀਬ 4 ਮਹੀਨਿਆਂ ਵਿੱਚ ਇਸ ਤਰ੍ਹਾਂ ਦੀ ਦੂਜੀ ਘਟਨਾ ਵਾਪਰੀ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਸੋਮਵਾਰ ਨੂੰ ਆਪਣੀ ਨਿਯਮਿਤ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਬੇਸ਼ੱਕ ਅਸੀਂ ਦੇਖਿਆ ਹੈ ਕਿ ਪਾਕਿਸਤਾਨ ਦੇ ਵਿੱਚ ਕੀ ਕੁਝ ਹੋ ਰਿਹਾ ਸਾਡੀਆਂ ਸ਼ੁਭਚਾਵਾਾਂ ਉਹਨਾਂ ਸਾਰੇ ਲੋਕਾਂ ਦੇ ਨਾਲ ਨੇ ਜੋ ਬਿਜਲੀ ਬੰਦ ਹੋਣ ਦੇ ਨਾਲ ਪ੍ਰਭਾਵਿਤ ਹੋਏ ਨੇ ਜ਼ਾਹਿਰ ਹੈ ਕਿ ਅਮਰੀਕਾ ਨੇ ਕਈ ਚਣੌਤੀਆਂ ਵਿੱਚ ਸਾਡੇ ਪਾਕਿਸਤਾਨੀ ਭਾਈਵਾਲਾਂ ਦੀ ਮਦਦ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਵੀ ਸਹਿਯੋਗ ਕਰਨ ਦੇ ਲਈ ਤਿਆਰ ਹਾਂ ਪਰ ਮੈਨੂੰ ਅਜੇ ਤੱਕ ਕਿਸੇ ਖਾਸ ਬੇਨਤੀ ਦੀ ਜਾਣਕਾਰੀ ਨਹੀਂ ਹੈ ਪਾਕਿਸਤਾਨ ਦੁਨੀਆ ਦੇ ਸਭ ਤੋਂ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ ਵਿਦੇਸ਼ੀ ਮੁਦਰਾ ਭੰਡਾਰ ਦੇ ਘਟਣ ਦੇ ਵਿਚਕਾਰ ਹਾਲ ਹੀ ਦੇ ਸਾਲਾਂ ਵਿੱਚ ਬੀਤੀ ਸੰਕਟਾਂ ਦਾ ਸਾਹਮਣਾ ਕਰ ਰਹੇ ਦੇਸ਼ ਤੇ ਬਿਜਲੀ ਖੇਤਰ ਦੀ ਤਰਸਯੋਗ ਹਾਲਤ ਇਸ ਦੀ ਨਿਗਰਦੀ ਆਰਥਿਕਤਾ ਦਾ ਨਤੀਜਾ ਹੈ ਪਾਕਿਸਤਾਨ ਦੇ ਵਿੱਚ ਅਮਰੀਕੀ ਸفیر ਡੋਨਲਡ ਬਲੂਮ ਨੇ ਆਪਣੇ ਸਫਰਾਤਖਾਨੇ ਦੇ ਵਫਦ ਦੇ ਨਾਲ ਜ਼ਿਲ੍ਹਾ ਨਾਰੋਆਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕੀਤੀ। ਤੇ ਉੱਤੇ ਦਰਸ਼ਨ ਹਿੱਤ ਪਹੁੰਚੇ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਵੀ ਵਿਚਾਰ-ਤਾਂਜੇ ਕੀਤੇ ਇਸ ਮੌਕੇ ਕੌਂਸਲ ਜਨਰਲ ਮੈਕਨੋਵਲ ਵੀ ਉਹਨਾਂ ਦੇ ਨਾਲ ਸਨ ਉਹਨਾਂ ਨੇ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਦੇ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਵੀ ਕੀਤੀ ਗੁਰਦੁਆਰਾ ਸਾਹਿਬ ਤੇ ਮਜ਼ਾਰ ਵਿਖੇ ਨਤਮਸਤਕ ਹੋਣ ਉਪਰੰਤ ਅਮਰੀਕੀ ਸفیر ਨੇ ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ ਸਥਾਪਿਤ ਪਵਿੱਤਰ ਸਰੋਵਰ ਅਤੇ ਇਤਿਹਾਸਕ ਖੂਹ ਦੇ ਵੀ ਦਰਸ਼ਨ ਕੀਤੇ ਡੋਨਲਡ ਬਲੂਮ ਨੇ ਹਾਜ਼ਰ ਸੰਗਤ ਨਾਲ ਲੰਗਰ ਵੀ ਸ਼ਕਿਆ ਇਸ ਮੌਕੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਐਮਪੀ ਰਮੇਸ਼ ਸਿੰਘ ਅਰੋੜਾ ਅਤੇ ਕਮੇਟੀ ਮੈਂਬਰ ਇੰਦਰਜੀਤ ਸਿੰਘ ਆਦ ਸ਼ਾਮਲ ਸਨ ਅਮਰੀਕਾ ਦੇ ਕੰਸਾਸ ਦੇ ਵਿੱਚ ਇੱਕ ਕੁੱਤੇ ਦੇ ਕਾਰਨ ਬੰਦੂਕ ਵਿੱਚੋਂ ਗੋਲੀ ਚੱਲਣ ਦੇ ਕਾਰਨ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਇਸ ਵਾਰਦਾਤ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੀ ਮੌਤ ਰਾਈਫਲ ਤੋਂ ਗੋਲੀ ਲੱਗਣ ਦੇ ਕਾਰਨ ਹੋਈ। ਅਧਿਕਾਰੀਆਂ ਦੇ ਮੁਤਾਬਕ ਕੁੱਤੇ ਨੇ ਰਾਈਫਲ 'ਤੇ ਪੈਰ ਰੱਖਿਆ ਸੀ ਅਤੇ ਜਿਸ ਕਾਰਨ ਰਾਈਫਲ ਵਿੱਚੋਂ ਗੋਲੀ ਚੱਲ ਗਈ ਅਤੇ ਗੋਲੀ ਲੱਗਣ ਦੇ ਕਾਰਨ ਵਿਅਕਤੀ ਦੀ ਮੌਤ ਹੋ ਗਈ। ਵੈਲਿੰਗਟਨ ਫਾਇਰ ਐਂਡ EMS ਦੇ ਇੰਚਾਰਜ 팀 ਹੇ ਨੇ ਘਟਨਾ ਦੇ ਬਾਰੇ ਜਾਣ ਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ 9:40 ਦੇ ਕਰੀਬ ਪੂਰਬੀ ਇਲਾਕੇ ਦੇ ਵਿੱਚ 80ਵੀਂ ਸਟਰੀਟ ਦੇ 1600 ਬਲਾਕ ਵਿੱਚ ਇੱਕ ਟਰੱਕ ਦੇ ਵਿੱਚ ਇੱਕ ਵਿਅਕਤੀ ਦੇ ਸਿਰ 'ਚ ਗੋਲੀ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਵੈਲਿੰਗਟਨ ਫਾਇਰ ਐਂਡ ਈ ਐਮ ਐਸ ਦੇ ਇੰਚਾਰਜ 팀 ਨੇ ਦੱਸਿਆ ਕਿ ਕੁੱਤੇ ਨੇ ਟਰੱਕ ਦੇ ਪਿੱਛੇ ਰੱਖੀ ਰਾਈਫਲ ਦੇ ਪੈਰ ਰੱਖ ਦਿੱਤਾ ਜਿਸ ਕਾਰਨ ਰਾਈਫਲ ਦੇ ਵਿੱਚੋਂ ਗੋਲੀ ਨਿਕਲ ਕੇ ਅਗਲੀ ਸੀਟ ਤੇ ਬੈਠੇ ਨੌਜਵਾਨ ਦੇ ਸਿਰ ਦੇ ਪਿਛਲੇ ਹਿੱਸੇ ਲੱਗ ਗਈ ਗੋਲੀ ਲੱਗਣ ਦੇ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ ਵੇਲਿੰਗਟਨ ਫਾਇਰ ਐਂਡ ਈਐਮਐਮ ਨੇ ਇਨਚਾਰਜ ਟੀਮ ਨੇ ਪੀੜਾ ਦਾ ਨਾਮ ਨਹੀਂ ਦੱਸਿਆ ਉਹਨਾਂ ਨੇ ਕਿਹਾ ਕਿ ਐਮਰਜੈਂਸੀ ਡਾਕਟਰਾਂ ਨੇ 30 ਸਾਲਾ ਪੀੜਤ ਨੂੰ ਗੋਲੀ ਲੱਗਣ ਤੋਂ ਤੁਰੰਤ ਬਾਅਦ ਸੀਪੀਆਰ ਕਰ ਲਿਆ ਪਰ ਬਾਅਦ ਵਿੱਚ ਉਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਡਰਾਈਵਰ ਸੀਟ ਤੇ ਬੈਠਾ ਇੱਕ ਹੋਰ ਵਿਅਕਤੀ ਸਰੀਰਿਕ ਤੌਰ ਤੇ ਬਿਮਾਰ ਦੱਸਿਆ ਜਾ ਰਿਹਾ ਹੈ ਇਸ ਵਾਰਦਾਤ ਨੂੰ ਲੈ ਕੇ ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਟਰੱਕ ਅਤੇ ਕੁੱਤੇ ਦਾ ਮਾਲਕ ਕੌਣ ਸੀ ਜਾਂ ਕਿਸ ਨੇ 911 ਤੇ ਫੋਨ ਕਰਕੇ ਜਾਣਕਾਰੀ ਦਿੱਤੀ ਫਿਲਹਾਲ ਇਸ ਵਾਰਦਾਤ ਦੇ ਸੰਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਸ਼ਿਕਾਰ ਸੰਬੰਧੀ ਹਾਦਸਾ ਲੱਗ ਰਿਹਾ ਹੈ ਸਮਟਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਧਿਕਾਰੀਆਂ ਦੇ ਮੁਤਾਬਕ ਟਰੱਕ ਦੇ ਪਿਛਲੇ ਹਿੱਸੇ ਦੇ ਵਿੱਚ ਸ਼ਿਕਾਰ ਕਰਨ ਵਾਲਾ ਗੀਅਰ ਵੀ ਬਰਾਮਦ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ। ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ। ਤੁਹਾਨੂੰ ਬਹੁਤ ਸਾਰੇ ਅਧਿਆਪਕ ਮਿਲ ਜਾਣਗੇ ਜੋ ਵਿਦਿਆਰਥੀਆਂ ਦੀ ਤਰੱਕੀ ਦੇ ਲਈ ਆਪਣੀ ਜੀ ਜਾਨ ਤੱਕ ਲਗਾ ਦਿੰਦੇ ਨੇ। ਇੱਕ ਅਮਰੀਕੀ ਅਧਿਆਪਕ ਨੇ ਆਪਣੀ ਵਿਦਿਆਰਥੀ ਦੇ ਨਾਲ ਜੋ ਕੀਤਾ ਉਹ ਸ਼ਰਮਨਾਕ ਹੈ ਆਪਣੀ ਜਿੰਸੀ ਇੱਛਾ ਪੂਰੀ ਕਰਨ ਦੇ ਲਈ ਉਸਨੇ ਵਿਦਿਆਰਥੀ ਦੇ ਨਾਲ ਬਲਾਤਕਾਰ ਵੀ ਕੀਤਾ ਇਸ ਦੇ ਲਈ ਵਿਦਿਆਰਥੀ ਨੂੰ ਚੰਗੇ ਨੰਬਰਾਂ ਨਾਲ ਪਾਸ ਹੋਣ ਦਾ ਲਾਲਚ ਦਿੱਤਾ ਗਿਆ ਮਿਜ਼ੋਰੀ ਵਿੱਚ 26 ਸਾਲਾਂ ਅਧਿਆਪਕ ਲੀਨਾ ਸਟੀਵਰਟ ਨੂੰ ਆਪਣੇ ਇੱਕ ਵਿਦਿਆਰਥੀ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਦੋਸ਼ ਹੈ ਕਿ ਉਸਨੇ ਵਿਦਿਆਰਥੀ ਨੂੰ ਲਾਲਚ ਦਿੱਤਾ ਕਿ ਜੇਕਰ ਉਸ ਦੇ ਨਾਲ ਸੰਬੰਧ ਬਣਾਏ ਤਾਂ ਚੰਗੇ ਅੰਕ ਲੈ ਕੇ ਪਾਸ ਹੋ ਜਾਏਗਾ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਉਸ ਨੂੰ ਡਾਰਟ ਸਿਖਾ ਕਿ ਜੇਕਰ ਉਸਨੇ ਅਧਿਆਪਕ ਦੀ ਗੱਲ ਨਾ ਸੁਣੀ ਤਾਂ ਉਹ ਫੇਲ ਹੋ ਜਾਏਗਾ ਇਸ ਲਈ ਉਸਨੇ ਉਸਦੀ ਮੰਗ ਮੰਨ ਲਈ ਇਹ ਮਾਮਲਾ ਅਕਤੂਬਰ ਦਾ ਦੱਸਿਆ ਜਾ ਰਿਹਾ ਇਹ ਖਬਰ ਹੁਣ ਫੈਲ ਰਹੀ ਹੈ ਉਦੋਂ ਵਿਦਿਆਰਥੀ ਦੀ ਉਮਰ ਕੇਵਲ 16 ਸਾਲ ਦੀ ਸੀ ਅਤੇ ਉਸ ਦੇ ਕਾਨੂੰਨ ਮੁਤਾਬਕ ਉਹ ਵੀ ਨਾਬਾਲਗ ਸੀ ਜਾਂਚ ਵਿੱਚ ਵਿਦਿਆਰਥੀ ਨੇ ਦੱਸਿਆ ਕਿ ਅਧਿਆਪਕ ਪੜਾਈ ਦੌਰਾਨ ਬਹੁਤ ਖੁੱਲੇ ਦਿਲ ਵਾਲੇ ਸਨ ਉਹਨਾਂ ਨੇ ਉਸ ਦਾ ਬਹੁਤ ਖਿਆਲ ਰੱਖਿਆ ਦੋਵਾਂ ਦੀ ਪਹਿਲੀ ਮੁਲਾਕਾਤ ਕਿਸੇ ਵਿਦਿਆਰਥੀ ਦੇ ਘਰ ਹੋਈ ਇਸ ਤੋਂ ਬਾਅਦ ਅਧਿਆਪਕ ਨੇ ਵਿਦਿਆਰਥੀ ਦੇ ਨਾਲ ਦੋ ਵਾਰ ਮੁਲਾਕਾਤ ਕੀਤੀ ਅਤੇ ਜ਼ਬਰਨ ਸਰੀਰਕ ਸੰਬੰਧ ਬਣਾਏ ਦੋਵਾਂ ਵਾਰ ਅਧਿਆਪਕ ਆਪਣੀ ਕਾਰ ਵਿੱਚ ਆਈ ਅਤੇ ਵਿਦਿਆਰਥੀ ਨੂੰ ਨਾਲ ਲੈ ਕੇ ਗਈ ਜਦੋਂ ਸਕੂਲ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਅਧਿਆਪਕ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਪ੍ਰਸ਼ਾਸਨ ਨੇ ਕਿਹਾ ਕਿਸੇ ਅਣਉਚਿਤ ਵਿਵਹਾਰ ਤੇ ਕਿਸੇ ਵੀ ਦੋਸ਼ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਆ ਇਸ ਦੇ ਲਈ ਜਦੋਂ ਦਸੰਬਰ ਵਿੱਚ ਦੋਸ਼ ਲਗਾਇਆ ਗਿਆ ਤਾਂ ਉਸ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਅਸੀਂ ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗੇ ਅਤੇ ਬਣਦੀ ਕਾਰਵਾਈ ਕੀਤੀ ਜਾਏਗੀ ਦਾਸ ਦੇ ਕਿ ਅਮਰੀਕਾ ਕੈਨੇਡਾ ਅਤੇ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਮਹਿਲਾ ਅਧਿਆਪਕਾਂ ਦੇ ਵੱਲੋਂ ਨਾਬਾਲਗ ਵਿਦਿਆਰਥੀਆਂ ਦੇ ਨਾਲ ਸਰੀਰਿਕ ਸੰਬੰਧ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਉੱਥੋਂ ਦੇ ਮਾਪੇ ਨਾ ਘਟਨਾਵਾਂ ਤੋਂ ਬੇहद ਦੁਖੀ ਨੇ ਕੁਝ ਦਿਨ ਪਹਿਲਾਂ ਇੱਕ ਮਹਿਲਾ ਅਧਿਆਪਕ ਨੂੰ ਆਪਣੀ 14 ਸਾਲਾ ਨਾਬਾਲਗ ਵਿਦਿਆਰਥੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੇ ਨਿਆਂ ਵਿਭਾਗ ਅਤੇ 8 ਸੂਬਿਆਂ ਨੇ ਆਨਲਾਈਨ ਇਸ਼ਤਿਹਾਰਬਾਜ਼ੀ ਦੇ ਖੇਤਰ ਵਿੱਚ ਕਥਿਤ ਏਕਾਧਿਕਾਰ ਕਾਇਮ ਕਰਨ ਤੇ Google ਖਿਲਾਫ ਮੁਕੱਦਮਾ ਦਾਇਰ ਕੀਤਾ। ਉਹਨਾਂ ਨੇ ਕਿਹਾ ਕਿ Google ਇਸ਼ਤਿਹਾਰ ਦੇਣ ਵਾਲਿਆਂ ਖਪਤਕਾਰਾਂ ਤੇ ਅਮਰੀਕੀ ਸਰਕਾਰ ਤੇ ਬੋਝ ਪਾ ਰਿਹਾ। ਸਰਕਾਰ ਨੇ ਦੋਸ਼ ਲਗਾਇਆ ਕਿ Google ਆਨਲਾਈਨ ਇਸ਼ਤਿਹਾਰਬਾਜ਼ੀ ਦੇ ਵਿਚਾਰ ਚ ਮੁਕਾਬਲੇ ਬਾਜ਼ਾਰ ਨੂੰ ਬਿਲਕੁਲ ਖਤਮ ਕਰਨ ਦਾ ਗਿਆਤਨ ਕਰ ਰਿਹਾ Google ਦੂਜੀਆਂ ਕੰਪਨੀਆਂ ਨੂੰ ਖਰੀਦ ਕੇ ਇਤਿਹਾਰ ਦੇਣ ਵਾਲਿਆਂ ਨੂੰ ਆਪਣੇ ਉਤਪਾਦ ਖਰੀਦਣ ਦੇ ਲਈ ਮਜਬੂਰ ਕਰ ਰਿਹਾ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਕਿ ਇਕਾਧਿਕਾਰ ਹੋਣ ਦੇ ਨਾਲ ਬਾਜ਼ਾਰ ਮੁਕਤ ਤੇ ਨਿਰਪੱਖ ਨਹੀਂ ਰਹਿੰਦਾ ਜਿਸ ਤੇ ਅਮਰੀਕਾ ਦੀ ਆਰਥਿਕਤਾ ਆਧਾਰਿਤ ਹੈ BBC ਵੱਲੋਂ ਬਣਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਾਕੂਮੈਂਟਰੀ ਨੂੰ ਲੈ ਕੇ ਭਾਰਤ ਵਿੱਚ ਵਿਵਾਦ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਅਮਰੀਕੀ ਵਿਦੇਸ਼ ਮੰਤਰਾਲਾ ਨੇ ਇਸ ਨੂੰ ਆਜ਼ਾਦੀ ਦਾ ਮਾਮਲਾ ਦੱਸਦੇ ਹੋਏ ਕਿਹਾ ਇਹ ਪ੍ਰਗਟਾਵੇ ਦੀ ਆਜ਼ਾਦੀ ਵਰਗੇ ਲੋਕਤੰਤਰੀ ਸਿਧਾਂਤਾਂ ਦੀ ਮਹੱਤਤਾ ਨੂੰ ਉਜਾਗਰ ਕਰਨ ਦਾ ਸਹੀ ਸਮਾਂ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਬੁੱਧਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਦੁਨੀਆ ਭਰ ਵਿੱਚ ਆਜ਼ਾਦ ਪ੍ਰੈਸ ਦਾ ਸਮਰਥਨ ਕਰਦਾ ਹੈ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਰਗੇ ਲੋਕਤੰਤਰੀ ਸਿਧਾਂਤਾਂ ਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਹੈ। ਸੋਮਵਾਰ ਨੂੰ ਵੀ ਜਦੋਂ ਇੱਕ ਪੱਤਰਕਾਰ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਡੈਟ ਪ੍ਰਾਈਸ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਉਹਨਾਂ ਨੇ ਜ਼ਮੂਰੀਅਤ ਦਾ ਹਵਾਲਾ ਦੇ ਕੇ ਰਿਪੋਰਟਰ ਨੂੰ ਵੀ ਚੁੱਪ ਕਰਾਇਆ। ਉਹਨਾਂ ਨੇ ਜਵਾਬ ਦਿੱਤਾ ਸੀਗਾ ਕਿ ਮੈਂ BBC ਦਸਤਾਵੇਜ਼ੀ ਦੇ ਵਰਤਾਂਤ ਤੋਂ ਜਾਣੂ ਨਹੀਂ ਹਾਂ ਹਾਲਾਂਕਿ ਮੈਂ ਉਹਨਾਂ ਸਾਂਝੀਆਂ ਕਦਰਾਂ ਕੀਮਤਾਂ ਤੋਂ ਬਹੁਤ ਜਾਣੂ ਹਾਂ ਜੋ ਅਮਰੀਕਾ ਅਤੇ ਭਾਰਤ ਦੇ ਦੋ ਸੰਪੰਨ ਅਤੇ ਜੀਵੰਤ ਲੋਕਤੰਤਰ ਵਜੋਂ ਨੇ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਾਇਸ ਨੇ ਸੋਮਵਾਰ ਨੂੰ ਕਿਹਾ ਕਿ ਅਜਿਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਭਾਰਤ ਦੇ ਨਾਲ ਅਮਰੀਕਾ ਦੀ ਵਿਸ਼ਵ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਦੀਆਂ ਨੇ ਜਿਸ ਵਿੱਚ ਰਾਸ਼ਟਰੀਕ ਆਰਥਿਕ ਅਤੇ ਲੋਕਧਰ ਲੋਕ ਸੰਬੰਧ ਸ਼ਾਮਲ ਨੇ ਜੋ ਬੇਮਿਸਾਲ ਤੌਰ ਤੇ ਡੂੰਘੇ ਨੇ ਇਸ ਤਰ੍ਹਾਂ ਨੈਟ ਪ੍ਰਾਈਸ ਨੇ ਅਮਰੀਕਾ ਤੇ ਭਾਰਤ ਦੇ ਕੂਟਨੀਤਿਕ ਸੰਬੰਧਾਂ ਦੀ ਰੂਪਰੇਖਾ ਦੱਸੀ ਉਹਨਾਂ ਨੇ ਇਸ ਤੱਥ ਤੇ ਵੀ ਜ਼ੋਰ ਦਿੱਤਾ ਕਿ ਅਮਰੀਕਾ ਦੀ ਭਾਰਤ-ਨਾਟ ਸਾਂਝੇਦਾਰੀ ਬਹੁਤ ਡੂੰਗੀ ਹੈ ਅਤੇ ਦੋਵੇਂ ਦੇਸ਼ ਅਮਰੀਕੀ ਅਤੇ ਭਾਰਤੀ ਲੋਕਤੰਤਰ ਦੇ ਸਾਂਝੇ ਮੁੱਲਾਂ ਨੂੰ ਸਾਂਝਾ ਕਰਦੇ ਨੇ ਨੈਟ ਪ੍ਰਾਈਸ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਦੱਖਣੀ ਏਸ਼ੀਆ 'ਚ ਖੇਤਰੀ ਸਥਿਰਤਾ ਦੀ ਮੰਗ ਕੀਤੀ ਹੈ ਭਾਰਤ ਅਤੇ ਪਾਕਿਸਤਾਨ ਨਾਲ ਸਾਡੇ ਸਬੰਧ ਆਪਣੇ ਦਮ ਤੇ ਖੜੇ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਗੱਲਬਾਤ ਦੀ ਰਫ਼ਤਾਰ, ਦਾਇਰੇ ਅਤੇ ਚਰਿੱਤਰ ਦੋਵਾਂ ਦੇਸ਼ਾਂ ਵਿਚਕਾਰ ਮਾਮਲਾ ਹੈ 10-15 ਅਲਣਾ ਵੱਲੋਂ TTC ਮੁਲਾਜ਼ਮ ਦੀ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ 13-13 ਸਾਲ ਦੀ ਉਮਰ ਦੇ 4 ਜਾਨਿਆਂ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ CCTV ਨਿਊਜ਼ ਟ੍ਰਾਂਟੋ ਵੱਲੋਂ ਪ੍ਰਸਾਰਤ CCTV ਫੂਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕਰਾਬਰੋਦੀ ਕੈਨੇਡੀ ਰੋਡ ਅਤੇ ਮਾਰੀਨ ਰੋਡ ਤੇ ਇੱਕ বাস ਖੜੀ ਹੈ ਅਤੇ ਤਕਰੀਬਨ ਇੱਕ ਦਰਜਨ ਨੌਜਵਾਨ ਧੱਕਾ ਮੁੱਕੀ ਕਰ ਰਹੇ ਨੇ ਪਰ ਪੁਲਿਸ ਨੇ ਫਿਲਹਾਲ ਤਸਦੀਕ ਨਹੀਂ ਕੀਤੀ ਕਿ ਇਹ ਵੀਡੀਓ TTC ਮੁਲਜ਼ਮ ਉੱਪਰ ਹਮਲੇ ਨਾਲ ਸੰਬੰਧਿਤ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਦੀ ਪੁਲਿਸ ਨੂੰ ਪ੍ਰਮੁੱਖ ਦਰਿਆ ਫਰੇਜ਼ਰ ਤੇ ਬਣੇ ਐਲੈਕਸ ਫਰੇਜ਼ਰ ਬ੍ਰਿਜ ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੇ ਇੱਕ ਪੰਜਾਬੀ ਵਿਅਕਤੀ ਦੀ ਜਾਨ ਬਚਾਉਣ ਦੇ ਲਈ ਪੁਲ ਨੂੰ 8 ਘੰਟੇ ਲਈ ਬੰਦ ਕਰਨਾ ਪਿਆ ਜਿਸ ਕਾਰਨ ਹਜ਼ਾਰਾਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਪੁਲ ਖੋਲਣ ਦੇ ਲਈ ਘੰਟਿਆਂ ਵੱਧੇ ਆਪਣੇ ਵਾਹਨਾਂ ਅੰਦਰ ਬੈਠੇ ਰਹੇ ਪਰ ਪੁਲਿਸ ਉਕਤ ਪੰਜਾਬੀ ਦੀ ਜਾਨ ਬਚਾਉਣ ਵਿੱਚ ਕਾਮਯਾਬ ਰਹੀ ਡੈਲਟਾ ਪੁਲਿਸ ਨੂੰ ਦੁਪਹਿਰ 12:30 ਵਜੇ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਐਲੈਕਸ ਫਰੇਜ਼ਰ ਪੁਲ ਦੀ ਰੇਲਿੰਗ ਨਾਲ ਲੰਮਕ ਰਿਹਾ ਹੈ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਸਕਦਾ ਹੈ ਪੁਲਿਸ ਨੇ ਯਤਨਾ ਸਦਕਾ ਰਾਤ 8:30 ਵਜੇ ਉਕਤ ਪੰਜਾਬੀ ਵਿਅਕਤੀ ਖੁਦਕੁਸ਼ੀ ਨਾ ਕਰਨ ਵਾਰੇ ਮੰਨ ਗਿਆ ਤੇ ਰੇਲਿੰਗ ਤੋਂ ਥੱਲੇ ਉਤਰ ਆਇਆ ਪੁਲਿਸ ਨੇ ਉਕਤ ਵਿਅਕਤੀ ਦਾ ਨਾਮ ਨਹੀਂ ਜਾਰੀ ਕੀਤਾ ਦੱਸਿਆ ਜਾਂਦਾ ਹੈ ਕਿਉਂ ਘਰੇਲੂ ਝਗੜੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਘਟਨਾ ਤੋਂ ਪਹਿਲਾਂ ਉਸਨੇ ਖੁਦਕੁਸ਼ੀ ਨੋਟ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਸੀ 26 ਜਨਵਰੀ ਨੂੰ ਭਾਰਤ ਦਾ 74ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ ਔਰ ਕਨੇਡਾ ਦੇ ਵਿੱਚ ਵੀ ਇਸ ਨੂੰ ਮਨਾਉਣ ਦੇ ਲਈ ਭਾਰਤ ਦੇ ਦੂਤਵਾਸ ਅਤੇ ਕੌਂਸਲਖਾਨਿਆਂ ਵੱਲੋਂ ਤਿਆਰੀ ਕੀਤੀ ਗਈ ਸੀ ਅਤੇ ਭਾਰਤੀ ਬੋਲ ਦੇ ਲੋਕਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਸੀ ਟੋਰਾਂਟੋ ਤੋਂ ਭਾਰਤੀ ਕੌਂਸਲ ਧੀਰਜ ਪਾਰੀਖ ਨੇ ਕਿਹਾ ਕਿ ਭਾਰਤ ਦਾ ਝੰਡਾ ਲਹਿਰਾਉਣ ਦੀ ਰਸਮ ਸਵੇਰੇ 10 ਵਜੇ ਕੌਂਸਲ ਜਨਰਲ ਪੂਰਵਾ ਸ੍ਰੀ ਵਾਸਤਵਾ ਵੱਲੋਂ ਅਦਾ ਕੀਤੀ ਜਾਣੀ ਹੈ ਭਾਰਤ ਦੇ ਰਾਸ਼ਟਰੀ ਗੀਤ ਤੋਂ ਬਾਅਦ ਸ੍ਰੀ ਵਾਸਤਵਾ ਵੱਲੋਂ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੰਦੇਸ਼ ਸਾਂਝਾ ਕੀਤਾ ਜਾਏਗਾ ਭਾਰਤ ਤੋਂ ਪ੍ਰਵਾਸ ਕਰਕੇ ਕੈਨੇਡਾ 'ਚ ਵਸੇ ਹੋਏ ਸਾਬਕਾ ਫੌਜੀਆ ਅਤੇ ਹੋਰ ਸਾਬਕਾ ਮੁਲਾਜ਼ਮਾਂ ਵਿੱਚ ਵੀ ਵਿਸ਼ੇਸ਼ ਖੁਸ਼ੀ ਦੀ ਲਹਿਰ ਪਾਈ ਗਈ ਵਿਦੇਸ਼ਾਂ ਵਿੱਚ ਪੰਜਾਬੀਆਂ ਨਾਲ ਹੋਣ ਵਾਲੇ ਹਾਦਸਿਆਂ ਦਾ سلسلہ جاری ਹੈ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ 'ਚ ਸੁਨਹਿਰੀ ਭਵਿੱਖ ਦੇ ਲਈ ਜਾਂਦੇ ਨੇ ਪਰ ਕਈ ਵਾਰ ਉਹਨਾਂ ਨਾਲ ਅਜੀਹਾ ਪਾਣਾ ਵਰਤ ਜਾਂਦਾ ਹੈ ਕਿ ਉਹਨਾਂ ਦਾ ਸੁਪਨਾ ਕੇਵਲ ਸੁਪਨਾਈ ਬਣ ਕੇ ਰਹਿ ਜਾਂਦਾ ਹੈ ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਭਰੋ ਹਾਰਨੀ ਦੇ ਰਹਿਣ ਵਾਲੇ ਨੌਜਵਾਨ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਗੁਰਪ੍ਰਤਾਪ ਸਿੰਘ ਵਜੋਂ ਹੋਈ ਹੈ ਉਹ 5 ਸਾਲ ਪਹਿਲਾਂ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀ ਹੇਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਗੁਰਪ੍ਰਤਾਪ ਸਿੰਘ ਦੀ ਮੌਤ ਕਿਵੇਂ ਹੋਈ ਇਹ ਅਜੇ ਤੱਕ ਪਤਾ ਹੀ ਨਹੀਂ ਲੱਗ ਸਕਿਆ। ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਪਰੀਆ ਫਰੀਲੈਂਡ ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਕਿ 2023 ਦੇ ਵਿੱਚ ਯੂਕਰੇਨ ਦੀ ਜਿੱਤ ਦੇ ਨਾਲ ਵਿਸ਼ਵ ਵਪਾਰਥਚਾਰੇ ਨੂੰ ਵੱਡਾ ਹੁਲਾਰਾ ਮਿਲੇਗਾ ਇਸ ਦੇ ਨਾਲ ਹੀ ਕੈਨੇਡਾ ਨੂੰ ਵੀ ਇਸ ਦਾ ਵੱਡਾ ਲਾਭ ਹੋਏਗਾ। ਉਹਨਾਂ ਨੇ ਰੂਸ ਵਿਰੁੱਧ ਲੜਾਈ 'ਚ ਯੂਕਰੇਨ ਦੀ ਮਦਦ ਕਰਨ ਦੀ ਮਹੱਤਤਾ ਤੇ ਚਾਨਣਾ ਪਾਇਆ। ਪਰ ਫ੍ਰੀ ਲੈਂਡ ਨੇ ਇਹ ਨਹੀਂ ਦੱਸਿਆ ਕਿ ਕੈਨੇਡਾ ਯੂਕਰੇਨ ਨੂੰ ਜਿੱਤ ਪ੍ਰਾਪਤ ਕਰਨ ਦੇ ਲਈ ਲਬ ਟੂ ਟੈਂਕਾਂ ਦੀ ਸਪਲਾਈ ਕਰੇਗਾ ਜਾਂ ਨਹੀਂ ਆਸਟ੍ਰੇਲੀਆ ਤੋਂ ਪਗੋੜੇ ਅਤੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਪਿਛਲੇ ਮਹੀਨੇ ਗ੍ਰਿਫਤਾਰ ਕਰ ਲਿਆ ਸੀ ਹੁਣ ਦਿੱਲੀ ਦੀ ਇੱਕ ਅਦਾਲਤ ਨੇ ਰਾਜਵਿੰਦਰ ਦੀ ਆਸਟ੍ਰੇਲੀਆ ਹਵਾਲਗੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਤੇ ਚਲਦੇ ਹਾਂ ਗੋਰੀ ਔਰਤ ਦੇ ਕਤਲ ਮਾਮਲੇ ਵਿੱਚ ਲੜਿੰਦੇ ਇਸ 38 ਸਾਲਾ ਪੰਜਾਬੀ ਨੂੰ ਹੁਣ ਭਾਰਤ ਵੱਲੋਂ ਆਸਟ੍ਰੇਲੀਆ ਦੇ ਹਵਾਲੇ ਕੀਤਾ ਜਾਏਗਾ ਹਵਾਲਗੀ ਦੀ ਇਸ ਪ੍ਰਕਿਰਿਆ ਦੇ ਵਿੱਚ ਤਿੰਨ ਕੋ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ ਸ਼ਰਦਾਲੂ ਪਾਕਿਸਤਾਨ ਤੋਂ Hindu ਤੀਰਥ ਸਥਾਨਾਂ ਦੇ ਦਰਸ਼ਨਾਂ ਦੇ ਲਈ ਭਾਰਤ ਆਏ ਨੇ ਇਨਾ ਸਰਦਾਲੂਆਂ ਵਿੱਚੋਂ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬੱਚੇ ਦਾ ਜਨਮ ਹੋਣ ਕਾਰਨ ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਬੱਚੇ ਦਾ ਨਾਮ ਬਾਰਡਰ 2 ਰੱਖਣਗੇ ਡਿਲੀਵਰੀ ਤੋਂ ਬਾਅਦ ਬੱਚਾ ਅਤੇ ਉਸ ਦੀ ਮਾਂ ਪੂਰੀ ਤਰ੍ਹਾਂ ਸਿਹਤਮੰਦ ਦੱਸੇ ਗਏ ਸੋਮਵਾਰ ਨੂੰ ਪਾਕਿਸਤਾਨ ਤੋਂ 50 ਹਿੰਦੂਆਂ ਦਾ ਇੱਕ ਸਮੂਹ ਜੈਪੁਰ ਅਤੇ ਹੋਰ Hindu ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਟਾਰੀ ਵਾਗਾ ਸਰਹੱਦ ਰਾਹੀਂ ਭਾਰਤ ਆਇਆ ਕਲਾਸ਼ ਅਤੇ ਉਸਦੀ ਮਾਂ ਸਰਮਿਤੀ ਮੀਰਾ ਅਤੇ ਪਤਨੀ ਡੈਲਾਬਾਈ ਵੀ ਇਸ ਸਮੂਹ ਵਿੱਚ ਸ਼ਾਮਲ ਨੇ ਟਾਰੀ ਸਰਹੱਦ ਪਾਰ ਕਰਨ ਤੋਂ ਬਾਅਦ ਕਲਾਸ਼ ਦੀ ਪਤਨੀ ਡੈਲਾਬਾਈ ਨੂੰ ਗਰਭਵਤੀ ਹੋਣ ਕਾਰਨ ਦਰਥ ਹੋਣ ਲੱਗਾ ਇਸ ਕਾਰਨ ਉਸਦੀ ਹਾਲਤ ਅਚਾਨਕ ਵਿਗੜ ਗਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਤੇ ਡੈਲਾ ਨੂੰ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸਨੇ ਨਾਰਮਲ ਡਿਲੀਵਰੀ ਰਾਹੀਂ ਬੇਟੇ ਨੂੰ ਜਨਮ ਦਿੱਤਾ ਕਿਲਾਸ਼ ਦੀ ਪਤਨੀ ਡੈਲਾ ਜੋ ਕਿ Hindu ਤੀਰਥ ਸਥਾਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਦੁਪਹਿਰ 2:30 ਵਜੇ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਚ ਦਾਖਲ ਕਰਵਾਇਆ ਗਿਆ ਸੀ ਅਤੇ ਉਹਨਾਂ ਨੇ ਬਾਅਦ ਦੁਪਹਿਰ 3:14 ਟਿਕ ਪੁੱਤਰ ਨੂੰ ਜਨਮ ਦਿੱਤਾ ਡਿਲੀਵਰੀ ਕਰਵਾਉਣ ਆਏ ਡਾਕਟਰ ਆਰਫ ਅਤੇ ਡਾਕਟਰ ਐਸ਼ਵਰੀਆ ਨੇ ਦੱਸਿਆ ਕੀ ਡੈਲਾ ਦੀ ਨਾਰਮਲ ਡਿਲੀਵਰੀ ਹੋਈ ਹੈ ਬੱਚੇ ਦੇ ਜਨਮ ਤੋਂ ਖੁਸ਼ ਪਤੀ ਕੈਲਾਸ਼ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਪਾਕਿਸਤਾਨੀ ਔਰਤ ਦੀ ਭਾਰਤ ਵਿੱਚ ਡਿਲੀਵਰੀ ਹੋ ਚੁੱਕੀ ਹੈ ਔਰਤ ਨੇ ਜਿਸ ਪੁੱਤਰ ਨੂੰ ਜਨਮ ਦਿੱਤਾ ਸੀ ਉਸ ਦਾ ਨਾਮ ਸੀਮਾ ਰੱਖਿਆ ਗਿਆ ਸੀ ਉਸ ਦੀ ਪਤਨੀ ਡੈਲਾ ਦੀ ਡਿਲੀਵਰੀ ਵੀ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਈ ਹੈ ਇਸ ਲਈ ਉਹ ਆਪਣੇ ਬੱਚੇ ਦਾ ਨਾਮ ਬਾਰਡਰ ਟੂ ਜਾਂ ਇਸ ਦੇ ਨਾਲ ਮਿਲਦਾ ਜੁਲਦਾ ਰੱਖਣਗੇ ਫਿਲਮ ਦੇ ਮਾਤਾ ਐਸਟਸ ਰਾਜਾ ਮੌਲੀ ਦੀ ਸੁਪਰ ਹਿੱਟ ਫਿਲਮ ਆਰ 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 ਤੇ ਮਸ਼ਹੂਰ ਗੀਤ ਨਾਟੋ ਨਾਟੋ ਨੇ ਸਰਵੋਤਮ ਮੂਲ ਗੀਤ ਸ਼੍ਰੇਣੀ ਚੋਸਟ ਕਰਦੇ ਲਈ ਨਾਮਜ਼ਦਗੀ ਹਾਸਲ ਕਰਕੇ ਇਤਿਹਾਸ ਰਚਿਆ ਇਸ ਤੋਂ ਪਹਿਲਾਂ ਨਾਟੂ ਨਾਟੋ ਨੇ 골ਡਨ ਗਲੋਬਸ ਪੁਰਸਕਾਰ ਹਾਸਲ ਕਰਕੇ ਸੁਰਖੀਆਂ ਬਟੋਰੀਆਂ ਸਨ ਅਫਗਾਨਿਸਤਾਨ ਵਿੱਚ 15 ਦਿਨਾਂ ਦੇ ਅੰਦਰ ਕੜਾਕੇ ਦੀ ਠੰਡ ਕਾਰਨ 157 ਲੋਕਾਂ ਦੀ ਜਾਨ ਚਲੀ ਗਈ। 70,000 ਪਸ਼ੂ ਵੀ ਮਾਰੇ ਗਏ। ਇੱਥੇ ਤਾਪਮਾਨ -8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੇ ਅਨੁਸਾਰ ਦੇਸ਼ ਦੇ 2 ਕਰੋੜ 83 ਲੱਖ ਲੋਕ, ਯਾਨੀ ਲਗਭਗ 2 ਤਿਹਾਈ ਆਬਾਦੀ ਨੂੰ ਜਿਉਂਦਾ ਰਹਿਣ ਦੇ ਲਈ ਤੁਰੰਤ ਸਹਾਇਤਾ ਦੀ ਲੋੜ ਹੈ। 10 ਜਨਵਰੀ ਤੋਂ 19 ਜਨਵਰੀ ਤੱਕ ਠੰਡ ਕਾਰਨ 78 ਮੌਤਾਂ ਹੋਈਆਂ। ਪਿਛਲੇ ਹਫ਼ਤੇ ਵਿੱਚ ਇਹ ਅੰਕੜਾ ਦੁੱਗਣਾ ਹੋ ਗਿਆ। ਨਿਊਜ਼ ਰਿਪੋਰਟਾਂ ਦੇ ਮੁਤਾਬਕ ਅਫਗਾਨਿਸਤਾਨ 'ਚ ਪਿਛਲੇ 15 ਸਾਲ ਬਰਫੀਲੇ ਤੂਫਾਨ ਕਾਰਨ ਇੱਥੇ ਸਥਿਤੀ ਨਾਜ਼ੁਕ ਹੈ ਦੇਸ਼ ਦੇ 34 ਵਿੱਚੋਂ 8 ਸੂਬਿਆਂ 'ਚ ਸਥਿਤੀ ਗੰਭੀਰ ਹੈ ਇਹਨਾਂ 8 ਤੂਬਿਆਂ ਵਿੱਚ ਠੰਡ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ ਤਾਲਿਬਾਨ ਦੇ ਸੱਤਾ ਦੇ ਵਿੱਚ ਆਉਂਦੇ ਹੀ ਅਫਗਾਨਿਸਤਾਨ ਵਿੱਚ ਆਰਥਿਕ ਅਤੇ ਮਨੁੱਖੀ ਅਧਿਕਾਰਾਂ ਦਾ ਸੰਕਟ ਵੱਧਦਾ ਜਾ ਰਿਹਾ ਹਾਲ ਵਿੱਚ ਔਰਤਾਂ ਨੂੰ ਐਨ ਜੀਓ ਵਿੱਚ ਕੰਮ ਕਰਨ ਤੋਂ ਰੋਕਿਆ ਗਿਆ ਇਸ ਕਾਰਨ ਮੌਸਮ ਦੀ ਮਾਰ ਚੱਲ ਰਹੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆ ਰਹੀ ਹੈ ਹਜ ਯਾਤਰਾ ਕਰਨ ਜਾ ਰਹੇ ਮੁਸਲਿਮ ਪਾਈ ਜਾ ਰਹੀ ਚੰਗੀ ਖਬਰ ਹੈ ਇਸ ਸਾਲ ਦੀ ਹਜ ਯਾਤਰਾ ਕੋਵਿਡ ਤੋਂ ਪਹਿਲਾਂ ਵਾਲੇ ਆਪਣੇ ਰੂਪ ਵਿੱਚ ਦਿਸੇਗੀ ਜਿਸ ਵਿੱਚ ਸ਼ਰਧਾਲੂਆਂ ਦੀ ਗਿਣਤੀ 20 ਲੱਖ ਤੱਕ ਪਹੁੰਚਣ ਦੀ ਉਮੀਦ ਹੈ ਸਾਊਦੀ ਅਰਬ ਇਸ ਸਾਲ ਹਜ ਸੀਜ਼ਨ ਦੇ ਦੌਰਾਨ 41300 ﺍﻟजीरिया ਦੇ ਸ਼ਰਧਾਲੂਆਂ ਸਮੇਤ 20 ਲੱਖ ਸ਼ਰਧਾਲੂਆਂ ਦਾ ਸਵਾਗਤ ਕਰਨ ਦੇ ਲਈ ਤਿਆਰ ਹੈ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮੰਤਰੀ ਡਾਕਟਰ ਨੇ ਕਾਨਫਰੰਸ ਜਾਣਕਾਰੀ ਦਿੱਤੀ ਸਾਊਦੀ ਪ੍ਰੈਸ ਏਜੰਸੀ ਦੇ ਅਨੁਸਾਰ ਅਲ ਰਬਿਆ ਨੇ ਪਵਿੱਤਰ ਸਥਾਨਾਂ ਦੇ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਦੇਸ਼ ਦੇ ਵਿਕਾਸ ਪ੍ਰੋਜੈਕਟਾਂ ਤੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਤੇ ਵੀ ਧਿਆਨ ਕੇਂਦਰਿਤ ਕੀਤਾ ਚੰਗੀ ਗੱਲ ਇਹ ਹੈ ਕਿ ਇਸ ਵਾਰ ਭਾਰਤੀ ਹੱਜ ਯਾਤਰੀ ਵੀ ਸਾウਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਣਗੇ ਕਰੋਨਾ ਕਾਲ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਈ ਹੱਜ ਯਾਤਰਾ ਦਾ ਰੂਪ ਕਾਫੀ ਬਦਲ ਗਿਆ ਹੁਣ ਇਸ ਵਿੱਚ ਕਈ ਨਵੀਆਂ ਸਹੂਲਤਾਂ ਵੀ ਸ਼ਾਮਲ ਨੇ ਕਲੀਅਰ ਟਾਈਮਜ਼ ਦੀ ਖਬਰ ਦੇ ਮੁਤਾਬਕ ਇਸ ਵਿੱਚ ਹਾਰਾ ਮੇਨ ਐਕਸਪ੍ਰੈਸ ਟ੍ਰੇਨ ਵੀ ਸ਼ਾਮਲ ਹੈ ਜੋ ਮੱਕਾ ਤੇ ਮਦੀਨਾ ਨੂੰ 2 ਘੰਟੇ ਚ ਸਫ਼ਰ ਰਾਹੀਂ ਚੋੜਦੀ ਹੈ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਊਦੀ ਅਰਬ ਨੇ ਐਲਾਨ ਕੀਤਾ ਸੀਗਾ ਕਿ 3 ਸਾਲ ਦੀਆਂ ਪਾਬੰਦੀਆਂ ਤੋਂ ਬਾਅਦ ਇਸ ਸਾਲ ਹੱਜ ਯਾਤਰੀਆਂ ਦੀ ਗਿਣਤੀ ਤੇ ਕੋਈ ਸੀਮਾ ਨਹੀਂ ਹੋਣੀ ਇਸਲਾਮ ਦੇ ਵਿੱਚ ਹੱਜ ਯਾਤਰਾ ਦਾ ਬਹੁਤ ਮਹੱਤਵ ਹੈ ਹਜ ਕਰਨਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਸਾਰੇ ਯੋਗ ਮੁਸਲਮਾਨਾਂ ਨੂੰ ਕੱਟੋ-ਕੱਟ ਇੱਕ ਵਾਰ ਕਰਨਾ ਚਾਹੀਦਾ ਹੈ ਇਸ ਤਾਲ ਹਜ ਯਾਤਰਾ ਜੂਨ ਚ ਸ਼ੁਰੂ ਹੋਣੀ ਹੈ ਸਾਊਦੀ ਸਰਕਾਰ ਦੇ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਔਰਤਾਂ ਨੂੰ ਹਜ ਕਰਨ ਦੇ ਲਈ ਮਰਦ ਸਾਥੀ ਮਹਿਰਮ ਦੀ ਲੋੜ ਨਹੀਂ ਹੋਣੀ ਹੈ 2019 ਚ ਕਰੀਬ 25 ਲੱਖ ਲੋਕਾਂ ਨੇ ਹਜ ਯਾਤਰਾ ਛੇਸਾ ਲਿਆ ਸੀ ਪਰ ਇਸ ਤੋਂ ਬਾਅਦ ਆਏ ਕਰੋਨਾ ਵਾਇਰਸ ਨੇ ਹਜ ਯਾਤਰਾ ਤੇ ਅਸਰ ਪਾਇਆ ਕੋਵਿਡ ਮਹਾਮਾਰੀ ਕਾਰਨ ਹਜ ਯਾਤਰੀਆਂ ਦੀ ਗਿਣਤੀ 'ਚ ਭਾਰੀ ਕਮੀ ਦਰਜ ਕੀਤੀ ਗਈ ਔਰ 2022 ਦੇ ਵਿੱਚ ਲਗਭਗ 9 ਲੱਖ ਹਜ ਯਾਤਰੀ ਮੱਕਾ ਤੇ ਮਦੀਨਾ ਪਹੁੰਚੇ ਜਿਨ੍ਹਾਂ ਚ 7 ਲੱਖ 80 ਹਜ਼ਾਰ ਵਿਦੇਸ਼ੀ ਸ਼ਾਮਲ ਨੇ ਪਿਛਲੇ ਸਾਲ ਅਕਤੂਬਰ ਚ 사ウਦੀ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਮਰਾਹ ਵੀਜ਼ਾ ਦੀ ਮਿਆਦ 1 ਮਹੀਨੇ ਤੋਂ ਵਧਾ ਕੇ 3 ਮਹੀਨੇ ਕਰ ਦਿੱਤੀ ਗਈ ਕਿਸੇ ਹੋਰ ਪਾਸਪੋਰਟ ਤੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ 17 ਸਾਲ ਪਹਿਲਾਂ ਲੰਡਨ ਗਿਆ ਵਿਅਕਤੀ ਦਿੱਲੀ ਵਾਪਸ ਪਰਤਿਆ ਅਤੇ ਹਵਾਈ ਅੱਡੇ ਤੇ ਦਸਤਾਵੇਜ਼ਾਂ ਦੀ ਜਾਂਚ ਦੇ ਦੌਰਾਨ ਉਸਦੀ ਝਾਲ ਸਾਜ਼ੀ ਦਾ ਖੁਲਾਸਾ ਹੋਇਆ ਆਈਜੀਆਈ 에어ਪੋਰਟ ਥਾਣਾ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮ ਦੀ ਪਛਾਣ ਗੋਵਿੰਦਪੁਰਾ ਨਿਵਾਸੀ ਹਰਵਿੰਦਰ ਸਿੰਘ ਪੂਰੀ ਵਜੋਂ ਹੋਈ ਹੈ ਪੁਲਿਸ ਸੂਤਰਾਂ ਦੇ ਮਤਾਬਕ ਕਿ 21 ਜਨਵਰੀ ਦੀ ਦੇਰ ਰਾਤ ਇੱਕ ਯਾਤਰੀ ਲੰਡਨ ਤੋਂ ਦਿੱਲੀ ਹਵਾਈ ਅੱਡੇ ਤੇ ਪਹੁੰਚਿਆ ਉਹ ਇਮੀਗ੍ਰੇਸ਼ਨ ਕਲੀਅਰੈਂਸ ਲਈ ਪਹੁੰਚਿਆ ਅਧਿਕਾਰੀਆਂ ਨੇ ਦੇਖਿਆ ਕਿ ਉਸ ਕੋਲ ਭਾਰਤੀ ਪਾਸਪੋਰਟ ਹੈ ਜੋ ਪਿਛਲੇ ਸਾਲ ਅਗਸਤ ਮਹੀਨੇ ਜਾਰੀ ਕੀਤਾ ਗਿਆ ਪਾਸਪੋਰਟ ਦੀ ਜਾਂਚ ਕਰਨ ਤੇ ਪਤਾ ਲੱਗਾ ਇਸ ਨੰਬਰ ਦੇ ਪਾਸਪੋਰਟ ਤੇ ਭਾਰਤ ਤੋਂ ਵਿਦੇਸ਼ ਜਾਣ ਦਾ ਕੋਈ ਅੰਤਮ ਵੇਰਵਾ ਮੌਜੂਦ ਹੀ ਨਹੀਂ ਹੈ ਸ਼ੱਕ ਪੈਣ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰੀ ਤੋਂ ਪੁੱਛਗਿੱਛ ਕੀਤੀ ਯਾਤਰੀ ਨੇ ਦੱਸਿਆ ਕਿ ਉਹ ਕਿਸੇ ਹੋਰ ਦੇ ਨਾਂ ਤੇ ਬੜੇ ਪਾਸਪੋਰਟ ਤੇ ਲੰਡਨ ਗਿਆ ਸੀ ਉਸਨੇ 2006 ਵਿੱਚ ਇੱਕ ਏਜੰਟ ਰਾਹੀਂ ਫਰਜ਼ੀ ਪਾਸਪੋਰਟ ਬਣਵਾਇਆ ਸੀ ਜਿਸ ਰਾਹੀਂ ਉਹ ਇਮੀਗ੍ਰੇਸ਼ਨ ਦੇ ਨਾਲ ਠੱਗੀ ਮਾਰ ਕੇ ਲੰਡਨ ਪਹੁੰਚਿਆ ਇਸਦਾਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮਿਲ US ਦੇ TV ਜ਼ਰੂਰ ਸਬਸਕ੍ਰਾਈਬ ਕਰੋ ਸ਼ੁਕਰੀਆ ਸਤਿ ਸ਼੍ਰੀ ਅਕਾਲ